ਲੁਧਿਆਣਾ ਦੇ ਸਮਰਾਲਾ ਚੌਂਕ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋਈ ਹੈ। ਦਰਅਸਲ ਇੱਥੇ ਮੁੰਡਿਆਂ ਦੇ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰ ਦਿੱਤਾ ਗਿਆ। ਦਰਅਸਲ ਦੱਸਿਆ ਜਾ ਰਿਹਾ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਨੌਜਵਾਨ ਤੇ ਵਾਰ ਕੀਤੇ ਜਾਂਦੇ ਨੇ। ਇਸ ਨੌਜਵਾਨ ਤੇ ਹਮਲਾ ਹੋਇਆ ਹੈ, ਉਹ ਇੱਕ ਬੈਂਕ ਦਾ ਮੁਲਾਜ਼ਮ ਹੈ ਤੇ ਰਿਕਵਰੀ ਦਾ ਕੰਮ ਕਰਦਾ। ਘੁੰਮਣ ਦੇ ਬਹਾਨੇ ਬੁਲਾ ਕੇ ਨੌਜਵਾਨ ਤੇ ਵਾਰ ਕਰ ਦਿੱਤੇ ਗਏ ਨੇ ਤੇ 10 ਤੋਂ 12 ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ। ਹਾਲਾਂਕਿ ਹੁਣ ਇਸ ਘਟਨਾ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਦਾ ਇਹਨਾਂ ਨੌਜਵਾਨਾਂ ਦੇ ਵਿੱਚ ਕੋਈ ਡਰ ਜਾਂ ਖੌਫ ਨਹੀਂ ਹੈ। ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਇੱਥੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਜਿੱਥੇ ਸ਼ਰੇਆਮ ਇੱਕ ਨੌਜਵਾਨ 'ਤੇ ਹਮਲਾ ਕੀਤਾ ਜਾਂਦਾ ਹੈ, 10 ਤੋਂ 12 ਲੋਕ ਆਉਂਦੇ ਨੇ, ਤੇਜ਼ਰ ਹਥਿਆਰਾਂ ਦੇ ਨਾਲ ਉਸ ਨੌਜਵਾਨ ਨੂੰ ਜ਼ਖਮੀ ਕਰ ਦਿੰਦੇ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਚਿੰਨ੍ਹ ਲੱਗਦੇ ਨਜ਼ਰ ਆ ਰਹੇ ਨੇ। ਉਹੀ ਅਸੀਂ ਤਾਂ ਉਹਨੂੰ ਹੀ ਲੱਭ ਰਹੇ ਹਾਂ, ਸਾਨੂੰ ਲੱਗਿਆ ਉਹੀ ਹੈ ਬੰਦਾ ਉੱਪਰ। ਰਿਕਵਰੀ ਕਰਦਾ, ਪੈਸੇ ਬੁਕੇ ਲੋਕਾਂ ਕੋਲ ਲੈਂਦਾ ਵਾ, ਮਤਲਬ ਰਿਕਵਰੀ ਚ ਆ। ਤੇ ਮੈਂ ਕਿਹਾ ਉਹਨੇ ਛੁੱਟੀ ਕੀਤੀ, ਕਹਿੰਦਾ ਬਾਈ ਆ ਜਾਓ ਮਾੜਾ ਜਿਹਾ ਚੱਲਣਾ ਆਪਾਂ। ਮੈਂ ਕਿਹਾ ਚਲੋ ਫਿਰ ਕਿੱਥੇ ਜਾਣਾ, ਬਾਅਦ ਵਿੱਚ ਪਤਾ ਲੱਗਿਆ ਇੱਥੇ ਲੜਾਈ ਹੋਣ ਦੀ ਪਈ, ਇੱਥੇ ਆਇਆ। ਆ 6 ਜਣੇ ਲੈ ਕੇ ਆਇਆ, ਇੰਨੇ ਕੁ ਤਾਂ ਤੈਨੂੰ ਵੀ ਸਮਝ ਆਉਣੀ ਚਾਹੀਦੀ ਹੈ। ਮਾੜਾ ਵੀ 100 ਨੰਬਰ 'ਤੇ ਫੋਨ ਕਰ ਦਿਓ, ਉੱਧਰ 100 ਨੰਬਰ ਕਿਉਂ ਨਾ ਬਣਾਓ ਪਲੀਜ਼ ਭਾਈ। ਕਿਉਂ ਤੇਰੀ ਕਿਉਂ ਬਣਾ ਦਿਆ, ਸਿਰਫ ਇਹ ਦੇਖ, ਸਿਰਫ ਤੇਰੀ ਸੇਫਟੀ ਲਈ ਹੈਗੀ ਹੈ। ਤੂੰ ਜੋ ਕਿਹਾ ਤੂੰ ਕੁਝ ਗਲਤ ਕਿਹਾ, ਕਿਸੇ ਨੂੰ ਸੈਂਡ ਨਾ ਕਰ, ਨਹੀਂ ਕਰਦਾ, ਨਹੀਂ ਤੂੰ ਗਲਤ ਕੀਤੀ ਹੈ। ਮੇਰੀ ਮਾਲੀ ਦੀ ਬਹੁਤ ਇੱਜ਼ਤ ਆ ਬਾਈ, ਮੇਰੀ ਗੱਲ ਸੁਣ, ਮੈਨੂੰ ਗੱਲ ਜਵਾਬ ਦੇ, ਤੇਰੀ ਇੱਜ਼ਤ ਹੈਗੀ ਹੈ ਨਾ, ਤੇ ਤਾਂ ਵੀ ਆਪਾਂ ਤਾਂ ਹੀ ਬਣਾ ਰਹੇ ਹਾਂ। ਮੂੰਹ ਨਾ ਦਿਖਾਓ, ਮੂੰਹ ਨਾ ਦਿਖਾਓ ਪਲੀਜ਼। ਫਿਰ ਤੂੰ ਜੋ ਬੋਲਿਆ ਕੁਝ ਗਲਤ ਬੋਲਿਆ, ਹੁਣ ਗਲਤ ਨਹੀਂ ਬੋਲਿਆ, ਜੇ ਗਲਤ ਨਹੀਂ ਕਿਹਾ ਤੂੰ ਤਾਂ ਆਪ ਕਹਿ ਰਿਹਾ ਪੁਲਿਸ ਨੂੰ ਬੁਲਾਉਣ ਲਈ, ਫਿਰ ਤੂੰ ਕਿਉਂ ਡਰੀ ਜਾਂਦਾ? ਇਸ ਵੀਡੀਓ ਨੂੰ ਕਿਤੇ ਭੇਜਿਓ ਨਾ ਯਾਰ, ਨਹੀਂ ਭੇਜਦੇ, ਸੇਫਟੀ ਜਬਦ ਆ ਕੀ ਗਲੀ ਸਾਨੂੰ ਵੀ ਸੇਫਟੀ ਆ। ਪਾਣੀ ਆ ਗਿਆ ਬੇਜਾ, ਬੇਜਾ ਕੱਚ ਲੱਗਾ, ਬੇਜਾ ਬੇਜਾ ਰਾਣਾ ਸਾਰੇ ਕੱਚ, ਬੇਜਾ 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 ਯਾਰ ਪਲੀਜ਼ ਵੀਡੀਓ ਕੈਮਰਾ ਮੂੰਹ ਨਾ। ਓ ਯਾਰ ਮੈਂ ਤਾਂ ਟੋਰਚੀ ਤੇ, ਮੈਂ ਬੈਂਕ ਚ ਲੱਗਿਆ ਯਾਰ ਭਾਜੀ। ਓ ਯਾਰ ਜਤਨ ਕਹਦਾ ਨਹੀਂ ਜਾਂਦੀ ਕਿਤੇ, ਬਸ ਗੱਲ ਕਿਤੋਂ ਕਿਤੇ ਜਾਂਦੀ ਕਿਤੇ ਨਹੀਂ। ਇੱਕ ਹੋਰ ਆ ਜਾ ਉੱਪਰ, ਰੀਜ਼ਨ ਕਿਉਂ ਅੱਗੇ ਬਣਾਉਣ ਦਾ ਮਕਸਦ ਕੀ ਹੈਗਾ ਵਾ? ਕੱਲ ਨੂੰ ਤੁਸੀਂ ਆਣਾ ਵਾ ਕਿਸੇ ਹੋਰ ਬੰਦੇ ਨੇ, ਹਾਂਜੀ ਕੀ ਹੋਇਆ ਜੀ? ਹਾਲਾ ਯਾਰ ਕੀ ਬੰਦੇ ਨੇ ਇਹ ਲਫ਼ਜ਼ ਕਿਹਾ ਤੇ ਇਦਾਂ ਹੋਇਆ ਵਾ? ਕਿਉਂ ਵੀ ਹਾਂ, ਸੇਫਟੀ ਲਈ ਆਪਾਂ ਵੀ ਤਾਂ ਆਪਣੇ ਘਰੇ ਖੜੇ ਆ, ਆਪਣੇ ਘਰੇ ਵਿੱਚ ਮੁੜ ਕੇ ਸੇਫਟੀ ਸਾਡੀ ਵੀ ਨਹੀਂ ਹੋਣੀ। ਅਸੀਂ ਵੀ ਤਾਂ ਤੈਨੂੰ ਹੁਣ ਆਪਣੇ ਇੱਧਰ ਬੁਲਾਇਆ ਹੀ ਆ, ਤੂੰ ਤਾਂ ਉੱਥੇ ਲੁਕਿਆ ਰਹਿਣਾ ਸੀ। ਤੈਨੂੰ ਵਾਜਾ ਮਾਰੀ ਜਾਂਦਾ, ਮੈਂ ਇੱਥੋਂ ਹੀ ਵਾਜਾ ਮਾਰੀਆਂ, ਸੁਣੀਆਂ ਨਾ ਤੂੰ ਵਾਜਾ, ਕਿਉਂ ਵਾਜਾ ਮਾਰ ਕੇ ਅਸੀਂ ਆਪਣੇ ਘਰ ਦੇ ਫੋਨ ਕਰਨਾ, ਮੈਂ ਘਰੇ ਮਾਰਿਆ ਫੋਨ ਕਰਨਾ।